अलेकुम इस हफ्ते के तीसरे मेलबॉक्स में मैं हूं आपकी होस्ट डॉक्टर रूबा आज का पहला कमेंट शुरू करें इससे पहले मेरी टीम और माहौल बदली हुई है एक मिनट ठहरो जरा डॉक्टर साहब आए कि तरीका की तरीका सुभान तो अल्लाह मैं <laughs> <laughs> तो खापतरी है अच्छा या मनसरनु की हो गया ये <laughs> <laughs> की मतलब की मतलब ही बस अब हमारा शो है जहां मर्जी दिल करेगा जो शो हो रहा होगा अच्छा अच्छा हमें इंतजार करना पड़ता है उसी सेट पे जाना वहां पे जहां हम बैठे क्योंकि इतने तो हमारे टेंटिकल्स है इतना हमारा फैलाव है कभी कसौटी हो रहा होता है कभी सारे रंग हो रहे होते हैं टेक के नहीं बहते नहीं तो इसलिए जहां हम होंगे ਔਰ ਡਾਕਟਰ ਸਾਹਿਬ ਅਵੇਲੇਬਲ ਹੋਣਗੀ ਮੈਂ ਕਿਸੇ ਵੀ ਟੀਮ ਤੇ ਛਾਪਾ ਮਾਰ ਸਕਦਾ ਬਿਲਕੁਲ ਕੀ ਜੀ ਨਹੀਂ ਮਗਰ ਸਾਡੀ ਸ਼ਰਤ ਹੋਏਗੀ ਇੱਕ ਜੀ ਉਹ ਕੀ ਅੱਛਾ ਉਹ ਕੀ ਕਿਉਂ ਨਹੀਂ ਕਹਿਣਾ ਅਸੀਂ ਬੈਠੇ ਸਾਰੇ ਰੰਗ ਪੰਜਾਬ ਦੇ ਸੈੱਟ ਤੇ ਹਾਂਜੀ ਇੱਥੇ ਸਿੱਧੀ ਬੋਲਣੀ ਪੰਜਾਬੀ ਡਾਕਟਰ ਸਾਹਿਬਾ ਮੈਂ ਵੀ ਮੈਨੂੰ ਤੇ ਕੋਈ ਪ੍ਰੋਬਲਮ ਨਹੀਂ ਮੈਂ ਤੇ ਇੱਥੇ ਬੈਠ ਕੇ ਮੈਂ ਤੇ ਜੰਪ ਵਾਲੀ ਪੰਜਾਬ ਦਾ ਵਾਹ ਵਾਹ ਚਲੋ ਮੈਂ ਟਰਾਈ ਕਰਾਂਗੀ ਜਿੰਨੀ ਬੋਲ ਸਕੀ ਪੰਜਾਬੀ ਫਿਰ ਪੰਜਾਬੀ ਚ ਕਰ ਕਰ ਸੁਭਾਨ ਅੱਛਾ ਇਹ ਵੀ ਇੱਕ ਨਵਾਂ ਤਜਰਬਾ ਹੋਏਗਾ ਕਿ ਮੇਲ ਬਾਕਸ ਪੰਜਾਬੀ ਚ ਹੋ ਰਿਹਾ ਜੀ ਹਾਂ ਜੀ ਅਜੇ ਆ ਜੀ ਸੀਰੀਅਸ ਵਿਲ ਯੂ ਡੂ ਇਟ ਕਿੰਨਾਂ ਦੀਆਂ ਗੱਲਾਂ ਚਾ ਰਹੇ ਹੋ ਤੁਸੀਂ ਕਿੰਨਾਂ ਦੀਆਂ ਗੱਲਾਂ ਚ ਕੌਣ ਨੇ ਸੂਰ ਬੈਠੇ ਮੰਜੇ ਤੇ ਅੱਜ ਮੈਂ ਉਹਨਾਂ ਦੇ ਘਰ ਆਈ ਆ ਉਹਨਾਂ ਦੀ ਮਹਿਮਾਨ ਆ ਤੇ ਗੱਲ ਤੇ ਮੰਨੀ ਪੈਣੀ ਇਹਨਾਂ ਦੇ ਪਿਓ ਦਾ ਘਰ ਹੈ ਫਰਜ਼ੀ ਤੇ ਕਹਿਣ ਦਿਓ ਤੁਸੀਂ ਤੇ ਬਿਲਕੁਲ ਅਰੇ ਦੋਸਤ ਤੁਸੀਂ ਸਾਡੇ ਆਏ ਹੋ ਇੱਥੇ ਆਪਣਾ ਸਾਰੇ ਰੰਗ ਪੰਜਾਬ ਦੇ ਚ ਤੇ ਕੀ ਖਾਣਾ ਪੀਣਾ ਜੀ ਕੀ ਖਾਸੀਅਤ ਐ ਇੱਥੇ ਦੀ ਕੱਲ ਰਹੀ ਲਾਇਆ ਸੀ ਅਸੀਂ ਉਹਨੂੰ ਪੱਠੇ ਖਾਏ ਤੇ ਫੇਰ ਵੀ ਸਾਰੇ ਬੰਦੇ ਆਸੇ ਅਸੀਂ ਲੰਗਰ ਮੰਗਾਉਣੇ ਲੋਬੀਆ ਕੀਮਾ ਹੋਣੇ ਖਾ ਕੇ ਆਏ ਲੋਬੀਆ ਕੀਮਾ ਕਿੱਥੋਂ ਕਰਦੇ ਆਂ ਭਾਜੀ ਲੱਡੂ ਨੂੰ ਮੈਂ 100 ਰੁਪਿਆ ਲਾਇਆ ਉਹਨੇ 8 ਰੋਟੀਆਂ ਇੰਨਾ ਕ ਕੀਮਾ ਲੋਬੀਆ ਸਾਨੂੰ ਦਿੱਤਾ ਔਰ ਅਸੀਂ 6 ਬੰਦੇ ਨੇ 8 ਰੋਟੀਆਂ ਖਾਧੀਆਂ ਮਾਸ਼ਾਅੱਲਾ ਏਡੀ ਏਡੀ ਮੋਟੀ ਰੋਟੀ ਸੁਭਾਨ ਅੱਲ੍ਹਾ ਮਜ਼ਾ ਆਇਆ ਫੇਰ ਐਸਾ ਮਜ਼ਾ ਰੋਟੀ ਜੀ ਆਏ ਵੀ ਦੰਦਾਂ ਦੀ ਪ੍ਰੈਕਟਿਸ ਨਹੀਂ ਹੋਈ ਆਰਾਮ ਨਾਲ ਆਹਾਹਾ ਬਾਲਗੁਰੂ ਮੇਰੇ ਨੇ ਇੱਕ ਰੋਟੀ ਦੀ ਬੁਰਕੀ ਕੀਤੀ ਪਤਾ ਤੁਹਾਨੂੰ ਬਾਸ ਆ ਜਾਈਏ ਇਹ ਭਾਜੀ ਬਾਜ਼ ਆ ਜਾਈਏ ਸਿੱਧਾ ਕਹਿਣਾ ਫਿਰ ਉਹ ਜਾਓ ਵੇ ਪੰਜਾਬੀ ਚ ਨਹੀਂ ਹੁਣ ਮੈਂ ਐ ਤੇ ਨਹੀਂ ਕਹਿ ਸਕਦੀ ਸਰ ਤੁਸੀਂ ਕੀ ਕਰਦੇ ਹੁੰਦੇ ਹੋ ਉ ਆ ਈ ਓ ਅ ਅ ਅੱਗੇ ਸਵਾਦ ਆਇਆ ਸ਼ੀਸ਼ੇ ਵਾਲੇ ਕਮਰੇ ਜੀ ਨਾ ਬਾਹਰੋਂ ਮੁੰਡਿਆਂ ਨੂੰ ਆਵਾਜ਼ ਕਿਵੇਂ ਦਿੱਤੀ ਅੱਛੋ ਰੋ ਮੈਂ ਕਹ ਲਿਆ ਵੀ ਇਹ ਫੁੱਲ ਚ ਸਕੂਟੇ ਵਾਲਾ ਸਾਧ ਮਾਰਿਆ ਹੈ ਲੱਡੂ ਤੋਂ ਪਹਿਲਾਂ ਕਿਧਰ ਟੁਰ ਪਏ ਇਹਨਾਂ ਨੇ ਕਿਹਾ ਤਾਂ ਇੰਨੀ ਬੁਲਾਇਆ ਜੀ ਜੀ ਮੜ ਮੁੱਡੂ ਤੂੰ ਮੜ ਮੁੱਡੂ ਐਸਾ ਪਿੰਡੂ ਪਿੰਡੂਆਂ ਦੀ ਲੈਂਗੁਏਜ ਠੀਕ ਕਰਾਉਂਦਾ ਮੁੱਡੂ ਮੁੱਡੂ ਤੂੰ ਇਜ਼ ਰੌਂਗ ਮੜ ਮੁੱਡੂ ਮੜ ਮੁੱਡੂ ਅੱਲਾਹ ਮੁੱਡੂ ਸਟਾਰਟ ਕਰੋ ਮੁੱਡੂ ਇਹ ਹੀ ਤੇ ਹੁੰਦੀ ਫਸਾਦ ਹੈਗੀ ਜੇ ਉਹਦੇ ਚ ਮੁੱਡੂ ਤੂੰ ਆਖ ਦਿੱਤਾ ਤੇ ਬਿਊਟੀ ਤੇ ਸਾਰੀ ਖਿਲ ਹੋ ਗਈ ਇੱਕ ਵਕਤ ਆਣਾ ਸਾਨੂੰ ਗਨ ਪੁਆਇੰਟ ਤੇ ਕਾਮੇਡੀ ਕਰਨੀ ਪੈਣੀ ਇੱਥੇ ਇਹ ਬਹੁਤ ਵੱਡੀ ਲੈਂਗੁਏਜ ਬੜੀ ਬੱਕ ਕਮਾਲ ਲੈਂਗੁਏਜ ਹਾਂਜੀ तो हाई हसीन लैंग्वेज जी और सर सवाल उर्दू च लिखे ने वो पंजाबी च ट्रांसलेट जी। करा जी ट्रांसलेट करो डॉक्टर साहब तोडे ली की प्रॉब्लम तुसी पैरस ने जाम पा लो अपने <laughs> अंदाज नाल करो मैं तोडी हेल्प करने ली बैठा सर वर्ल्ड वॉर 2 ते कोई अच्छी जे मूवी दस्त देओ दस देओ दे। 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 अच्छा, दे। मैं गलती करंगी ते तुसी ए नहीं करना मेरा नहीं नहीं मना करो तुसी तुसी फिक्र ही ना करो बहुत अच्छी गल है वर्ल्ड वॉर 2 दी बेस्ट मूवी मेरे हिसाब ना लेगी है गन्स ऑफ नेवर वाह ਐ ਲਿਸਟਰ ਮਕਲੀਨ ਦਾ ਨੋਵਲ ਦੂਸਰੀ ਵੀ ਗਲਬਨ ਐਸੇ ਦੀਏ ਵੇਅਰ ঈਗਲਸ ਡੇਅਰ ਦ ਬ੍ਰਿਜ ਔਨ ਦ ਰਿਵਰ ਕਵਾਈਟਸ ਅ ਗੁੱਡ ਮੂਵੀ ਫਿਰ ਫੌਨ ਰਾਇਨ ਜ਼ੈਕਸਪ੍ਰੈਸ ਰੈਂਕਸ ਨਾਟਰਾਦੀ ਬਹੁਤ ਖੂਬਸੂਰਤ ਫਿਲਮ ਬੜੀ ਲਾਜਵਾਬ ਫਿਲਮ ਫਿਰ ਇੱਕ ਫਿਲਮ ਹੈ ਜਿਹੜੀ ਫ੍ਰੈਡਰਿਕ ਫੋਰਸਾਈਟ ਦੀਏ ਉਹ ਵਰਲਡ ਵਾਰ ਤੋਂ ਬਾਅਦ ਦੀ ਲੇਕਿਨ ਉਹਦੇ ਨਾਲ ਕਨੈਕਟਡ ਹੈ ਜੀ ਕਿ ਇੱਕ ਬੜਾ ਵੱਡਾ ਨਾਜ਼ੀ ਵਾਰ ਕਰਿਮੀਨਲ ਹੁੰਦਾ ਬੜੀ ਬਾਇਸਦ ਜ਼ਿੰਦਗੀ ਗੁਜ਼ਾਰ ਰਹਾ ਹੁੰਦਾ ਜਿਵੇਂ ਦ ਫਿਨੈਲੇ ਹੈ ਨਾ ਜੀ ਜੀ ਬੈਂਕਿੰਗਸਲੇ ਦੀ ਉਹ ਜੀ ਫਿਲਮ ਬੜੀ ਬਾ ਕਮਾਲ ਸਟੋਰੀ ਹੈ ਬੈਡਰਿਕ ਫੋਰਸਾਈਟ ਇਜ਼ ਅ ਗ੍ਰੇਟ ਸਟੋਰੀ ਟੈਲਰ ਉਹ ਏ ਓਡੇਸਾ ਫਾਈਲ ਹਮ ਵਾਓ ਕਮਾਲ ਦੀ ਫਿਲਮ ਜੀ ਸਰ ਨੰਬਰ 1 ਕਿਹੜੀ ਹੈ ਉਸ ਪਾਸੇ ਮੈਂ ਆ ਰਿਹਾ ਹਾਂ ਅੱਛਾ ਜੀ ਭਾਜੀ ਇਸ ਤੋਂ ਵੱਧ ਵੀ ਕੋਈ ਹੈ ਕੀ ਹੈ ਨੇ

ਸਮਟਾਈਮਸ ਕੁਝ ਮੂਵੀਜ਼ ਐਹੋ ਜਿਹੀਆਂ ਵੀਤੇ ਹੁੰਦੀਆਂ ਜਿਹੜੀ ਟਾਪਿਕ ਵਰਲਡ ਵਾਰ 2 ਨਹੀਂ ਹੈ ਪਰ ਉਹਨਾਂ ਦੇ ਪੈਰਲਲ ਚੱਲ ਰਹੀ ਹੈ ਕੋਈ ਲਵ ਸਟੋਰੀ ਉਸ ਟਾਈਮ ਦੇ ਵਿੱਚ ਸੋ ਉਹ ਵੀ ਬਣੀ ਮੈਨੂੰ ਲੱਗਦਾ ਨਾ ਕਿ ਉਹਨਾਂ ਨਾਲ ਕਨੈਕਟੀਵਿਟੀ ਹੁੰਦੀ ਹੈ ਉਸਦੀ ਇੱਕ ਫਿਲਮ ਹੈ ਬੜੀ ਬਾ ਕਮਾਲ ਫਿਲਮ ਵਾਰ ਦਾ ਪਰਸਪੈਕਟਿਵ ਆ ਜਾਂਦਾ ਹੈ ਵਾਰ ਚਾਹ ਕੋ ਹੋਰ ਵੀ ਹੋਵੇ ਜਾਂ ਉਹ ਵਾਲਾ ਟਾਈਮ ਚੱਲ ਰਿਹਾ ਹੋਵੇ ਦਾ ਸਨਫਲਾਵਰ ਹਮ ਸਨਫਲਾਵਰ ਬੜੀ ਟਰੈਜੇਡੀ ਗ੍ਰੇਟ ਟਰੈਜੇਡੀ ਇਸ ਤਰ੍ਹਾਂ ਦੀ ਹੋਰ ਬਥੇਰੀਆਂ ਫਿਲਮਾਂ ਲੇਕਿਨ ਇਹ ਜਿਹੜੀਆਂ ਮੈਂ ਗਿਨਾ ਦਿੱਤੀਆਂ ਨੇ ਆਖਰੀ ਐਕਸ਼ਨ ਵੇਖਣਾ ते गन्स ऑफ नैवर ऑन स्टोरी वेखनी है ते द नाइट ऑफ द जनरल्स मिशन वेखना है ते वेयर ईगल्स डेयर एडवेंचर वेखनी है द ब्रिज ऑन द रिवर कवाई अगर तुसी ह्यूमन ड्रामा वेखना स्ट्रगल देखनी है ते द ग्रेट एस्केप एंड ऑफ कोर्स फॉन रायंस एक्सप्रेस वाह सर तुसी कभी ग्रीस का सफर किया है नहीं ਕਰਸਾ ਇਨਸ਼ਾਅੱਲਾ ਤਾਲਾ ਮੈਨੂੰ ਮੌਕਾ ਮਿਲਿਆ ਸਰੇ ਵੇਖੋ ਫਿਰ ਸਹੀ ਗੱਲ ਨਹੀਂ ਹੈ ਮੈਂ ਤੇ ਚਾਹ ਕਰਿਆ ਜਿਹੜੀ ਨਾ ਬੜੋ ਕੀ ਬਣ ਗਿਆ ਨੂੰ ਦਾ ਸੋਨਾ ਬੁਲੈਂਦੇ ਬੈਠੇ ਦੇਖੋ ਹਲੋ ਰੋ ਆ ਗਿਆ ਹਲੇ ਹੁਣ ਇਤਨੇ ਚ ਖਲੋ ਵੀ ਜੱਸੀ ਹੈ ਨਾ ਮੇਰੀ ਭੈਣ ਬਹੁਤ ਸੋਨਾ ਬੁਲੈਂਦੀ ਬੈਠੀ ਥੈਂਕ ਯੂ ਸੋਨੀ ਅਵਾਜ਼ ਆ ਵਧ ਰਹੀ ਅਜੀ ਤੁਸੀਂ ਕਦੇ ਯੂਕੇ ਦੇ ਲੋਕਾਂ ਨੂੰ ਪੰਜਾਬੀ ਬੋਲਦੇ ਸੁਣਿਆ ਹਾਂ ਜੀ ਬਿਲਕੁਲ ਡਾਕਟਰ ਸਾਹਿਬਾਂ ਨੂੰ ਬੋਲਦੇ ਆ ਨਹੀਂ ਡਾਕਟਰ ਸਾਹਿਬਾ ਤੇ ਬਹੁਤ ਆਲਾ ਬੋਲ ਰਹਾ ਨੇ ਜੀ ਉਹ ਤੇ ਫਿਰ ਅਜੀਬ ਜਿਬ ਤਰੀਕੇ ਨਾਲ ਬੋਲਦੇ ਨੇ ਮੈਂ ਦੋ ਤਿੰਨ ਬੀਕਾਂ ਤੋਂ ਤੁਹਾਨੂੰ ਢੀਕ ਰਹੀ ਆਂ ਬੀਕਾਂ ਤੋਂ ਹਾਂ ਜੀ ਸਰ ਕਮੜੀ ਜਿਹੜੇ ਗਾਣੇ ਗਾਉਂਦਾ ਹੈ ਉਹਨਾਂ ਦੇ ਲਿਰਿਕਸ ਕੌਣ ਲਿਖਦਾ ਹੈ ਕਮੜੀ ਦੇ ਲਿਰਿਕਸ ਹੁੰਦੇ ਹੀ ਕੋਈ ਨਹੀਂ ਉਹ ਸਿਰਫ ਫੋਨੇਟਿਕਸ ਨਾਲ ਹੀ ਖੇਡਦਾ ਸਿਰਫ ਐਸੇ ਕਮਾਲ ਹੈ ਯਸ ਬੜਾ ਚੱਕਰ ਹੀ ਕਰੇ ਕਾਮੇਡੀ ਦਾ ਹੂੰ ਅੱਜ ਆਂ ਅੱਜ ਲੜਿਆ ਪਿਆ ਇਸ ਟਾਈਮ ਜਿਹੜਾ ਗਾਇਆ ਬਾਬਾ ਜੀ ਨੇ ਸਰ ਕੋ ਵੀ ਸੀ ਨਾ ਜਿਹੜਾ ਤੇਰੇ ਮਸਤ ਮਸਤ ਦੋ ਨੈਣ ਬੜਾ ਹੀ ਕਮਾਲ ਗਾਇਆ ਕਮਾਲ ਗਾਇਆ ਸੀ ਬਹੁਤ ਹੀ ਸੋਨਾ ਗਾਇਆ ਸੀ ਇਲਕਨਾਡ ਹੋ ਐ ਵੀ ਅੱਛਾ ਸੀ ਭਾਜੀ ਮੈਂ ਸੁਣਿਆ ਮੈਂ ਵੀ ਇਹ ਕਰੀ ਉਹ ਵੇਖਿਆ ਹੈ ਉਹਦੇ ਵਿੱਚ ਨਾ ਉਹ ਕੀਸ ਆ ਗਈ ਹੈ ਇਹਦਾ ਹੁਣ ਸੁਣ ਗਿੰਦੇ ਆਂਕੋ ਕੀ ਗੁੱਸਾ ਆਖੀਆਂ ਸਰ ਅਸੀਂ ਸਾਰਿਆਂ ਨੇ ਬੜਾ ਇੰਜੋਏ ਕੀਤਾ ਸੀ ਪਰ ਤੁਸੀਂ ਕਹਿ ਰਹੇ ਸੋ ਕਿਹੜਾ ਗਾਣਾ ਹੈ ਅਸੀਂ ਇੰਜੋਏ ਇਸ ਲਈ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਟਰਾਂਸਲੇਸ਼ਨ ਇਨ ਬੜੀ ਕਮਾਲ ਹੋ ਗਈ ਜ਼ਰਾ ਇਹ ਸਾਰੇ ਰੰਗ ਪੰਜਾਬ ਵਿੱਚ ਵੀ ਜ਼ਰਾ ਹੋ ਹੀ ਜਾਵੇ ਜ਼ਰਾ ਨਹੀਂ ਬੇਟਾ ਉਹਦੇ ਲਿਰਿਕਸ ਹੁਣ ਮੈਨੂੰ ਯਾਦ ਨਹੀਂ ਇਹ ਸਾਰੇ ਰੰਗ ਪੰਜਾਬ ਦੇ ਨਹੀਂ ਹੈਗੇ ਇਹ ਮੇਲਬਾਕਸ ਦੇ ਹੈ ਇਹ ਲਾ ਅੰਨੀ ਦੀਆ ਬੈਠੇ ਅਸਨ ਗਾ ਮੇਰੀ ਮਾਤ ਮਾਰੀ ਆਪਣੇ ਬੇਟ ਦਾ ਨਾ ਤੇ ਮਾੜੀ ਜੀ ਗੱਲ ਕੀਤੀ ਹੈ ਖੇੜਾ ਸਰ ਇੱਕ ਕਮੈਂਟ ਇਹ ਗਾਇ ਹੈ ਇੱਕ ਭਾਈ ਸਾਹਿਬ ਕਹਿੰਦੇ ਨੇ ਕਿ YouTube ਤੇ तमाम ਸ਼ੋਜ਼ ਦੀ ਤਰਤੀਬ ਦੱਸ ਦਿਓ ਉਹਨਾਂ ਨੂੰ ਸ਼ੋਜ਼ ਲੱਭਣੇ ਚ ਦਿੱਕਤ ਹੁੰਦੀ ਹੈ ਵਾਹ ਵਾਹ ਕਭ ਤੋਂ ਪਹਿਲੇ ਤੇ ਕਲੈਬ ਡਾਕਟਰ ਵਾ ਲੱਭਣ ਵਿੱਚ ਖਿਆਈ ਹੁੰਦੀ ਅੱਛਾ ਜੀ ਇਹ ਦਿੱਕਤ ਜਿਹੜੀ ਹੈ ਇਹ ਜ਼ਾਹਿਰ ਹੈ ਜਦੋਂ ਕੋਈ ਤਬਦੀਲੀ ਆਵੇ ਸਾਡੀ ਸਾਰੀ ਪਲੇਲਿਸਟ ਡਿਸਟਰਬ ਹੋਈ ਹੈ ਐਸ ਡੇ ਦੀ ਵਜ੍ਹਾ ਨਾਲ ਜੀ ਕਿ ਕਸੋਟੀ ਹੁਣ ਸੈਟਰਡੇ ਸੰਡੇ ਹੁੰਦਾ ਜੀ ਤੇ ਪਹਿਲੇ ਮੰਡੇ ਟੂਸ ਦੇ ਵੈਨਸਡੇ ਹੁੰਦਾ ਸੀ ਹੋਰ ਪਹਿਲੀ ਗੱਲ ਤੇ ਕਿ ਤੁਸੀਂ ਅਗਰ ਸਬਸਕ੍ਰਾਈਬਰ ਹੋਗੇ ਹੋ ਜਿਹੜੇ ਕਿ ਤੁਸੀਂ ਹੋ ਜੀ ਤੁਸੀਂ ਬੈਲ ਆਈਕਨ ਕਿਉਂ ਨਹੀਂ ਨੱਪਿਆ ਹੋਇਆ ਤਾਂ ਕਿ ਤੁਹਾਡੀ ਯਾਦ ਦਿਹਾਣੀ ਕਰਾਵੇ ਸਰ ਇਡਾ ਡੀਸੈਂਟ ਤੁਸੀਂ ਬੈਲ ਆਈਕਨ ਕਿ ਸੋਨੀਆ ਜੀ ਕਹਿੰਦੀ ਹੁੰਦੀ ਧੀ ਟੱਲੀ ਲੀਲਾ ਬਟ ਗੱਲ ਤਾਂ ਟੱਲੀ ਹੈ ਟੱਲੀ ਖਿੜਕਾਓ ਤੁਸੀਂ ਟੱਲੀ ਖਿੜਕਾਓ ਦੁਆ ਹੈ ਕਿ ਹੌਲੀ ਹੌਲੀ ਤੈਨੂੰ ਆਦਤ ਪੈ ਜੱਸੇ ਇੱਕ ਵੇੜੀ ਦੀ ਗੱਲ ਕੋਈ ਯੂਜ਼ ਟੂ ਹੋ ਜੱਸੋ ਜੀ ਬੱਬੂ ਸਾਹਿਬ ਤੋਂ ਦਰਖਾਸਤ ਹੈ ਕਿ ਮੈਡਾ ਇਸ਼ਕ ਵੀ ਤੂੰ ਗਾ ਕੇ ਸੁਣਾ ਦਿਓ ਹਾਏ ਹਾਏ ਨਾ इश्क बि तूं मढा यार वी तूं में इश्क बि तूं मढ़ा यार वी तूं मेंन बि तूं ईमान बि तूं में जिस्म बि तूं में रूह बि तूं ਮੈਂ ਦਾ ਕਾਬਾ ਕਿਬਲਾ ਮਸਜਦ ਮਿੰਬਰ ਮੁਸਹਫ ਤੇ ਕੁਰਾਨ ਵੀ ਤੂੰ ਮੈਂ ਦਾ ਇਸ ਨੂੰ ਵੀ ਤੂੰ ਮੈਂ ਆ ਯਾਰ ਵੀ ਤੁਮ ਵਾਜੀ ਵਾਹ ਬਹੁਤ ਵਧੀਆ ਹਾਂ ਹਾਂ ਵਾਹ ਦੂਵੀਂ ਵਰਗਾ ਬੰਦਾ ਜਿੰਨ ਕਾ ਵਾਹ ਕਰਦਾ ਹੁੰਦਾ ਆਬਾ ਹਰ ਜਿੰਦ ਦੇ ਪੱਟੀ ਬੰਨ੍ਹੇ बने जो फिफ्टी प्लस एज ग्रुप होंगे अगर जिमर है तो कोशिश करेट ना चुकान अपनी ही वेट के उज यानी अगर करते नेट्स करते ने बड़ी अच्छी गल है अपने ही वेट पर कर, देने, कर देने, बड़ी अपने ही वेट दे करन. मेरे हिसाब नैसट एक्सरसाइज एस एज प्रोपर नमाज नमाज का हक अदा करो तो उस पार पा के खड़े होवो तमाम पोजिशन हर चीज की बेहतरीन गो के नमाज का बुनियादी मकसद यह नहीं है का। लेकिन ये उनके बेनीफिट्स है सर इट मेक्स यू पंक्चुअल टाइम भी एक्सरसाइज भी फिजिकली भी और इन दी एक बहुत बड़ी खूबसूरती जड़ी मेरे समेत बहुत सारे लोग यूटिलाइज ही नहीं करते जी ओके वो एक इट गिव्स यू अ चांस ऑफ कंसंट्रेशन यस कंसंट्रेशन इटसेल्फ इज एन एक्सरसाइज you concentrate on something which normally you don't hmm the namaz gives you the opportunity to focus to concentrate sir sada khayal hai ke toade soch comedy da mayar oh nahi reha kyunki naseer sahab waqt thoda den dene te sara bojh babu rana te aa janda hai main nahi samajda sada mayar alhamdulillah bilkul ohi hai aur sirf eh ke toada apna threshold bahut uchcha ho gaya hai ji ji ਪਿਛਲੇ 12 14 15 ਸਾਲਾਂ ਤੋਂ ਤੁਸੀਂ ਇਸ ਮਜ਼ਾ ਨੂੰ ਮੋਰ 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 ਸੁਣ ਰਹੇ ਹੋ ਔਰ ਮੇਰੇ ਵਿਊਅਰਸ ਜਿਹੜੇ ਨੇ ਨਾ ਜੀ ਇਹਨਾਂ ਦੀ ਮੁਹੱਬਤ ਆਪਣੀ ਜਗ੍ਹਾ ਤੇ ਬਹੁਤ ਪਿਆਰ ਬੜੀ ਮੁਹੱਬਤ ਦਿੰਦੇ ਨੇ ਬੜੀ ਅਕੀਦਤ ਔਰ ਬੜੀ ਲਾਇਲਟੀ ਹੈ ਲੇਕਿਨ ਇਹਨਾਂ ਦਾ ਅੰਦਾਜ਼ ਪਿਓਰ ਅਮਰੀਕੀ ਹੈ ਡੂ ਮੋਰ ਜੀ ਡੂ ਮੋਰ ਜੀ ਅਸੀਂ ਉੱਡ ਕੇ ਵੀ ਵਿਖਾ ਦਈਏ ਨਾ ਨਹੀਂ ਹੋਰ ਕਰੋ ਹੋਰ ਕਿਉਂਕਿ ਉਹਨਾਂ ਸੀ ਉਹ ਇਸ ਤੋਂ ਬਾਅਦ ਕੀ ਕਰੀਏ 36 ਮਿੰਟ ਦਾ ਸ਼ੋਅ 37 ਮਿੰਟ ਦਾ ਸ਼ੋਅ ਉਹਨਾਂ ਦੇ ਜਿਸੀ ਛੋਟੀ ਮੋਟੀ ਸੰਜੀਦਾ ਗੱਲ ਵੀ ਕਰਨੀ ਹੁੰਦੀ ਹੈ ਮੈਸੇਜਿੰਗ ਵੀ ਕਰਨੀ ਹੁੰਦੀ ਹੈ ਤੁਸੀਂ ਇਹ ਦੇਖੋ ਅਸੀਂ ਆਪਣੀਆਂ ਸ਼ਰਾਰਤਾਂ ਜੁਗਤਾਂ ਰਿਪੀਟ ਨਹੀਂ ਕਰਦੇ ਵਾਹ ਬਿਲਕੁਲ ਬਾਸ ਚੀਜ਼ਾਂ ਨੇ ਜਿਹੜੀਆਂ ਆਟੋਮੈਟਿਕਲੀ ਰਿਪੀਟ ਹੁੰਦੀਆਂ ਇੱਕ ਕੈਰੈਕਟਰ ਹੈ ਉਹਦਾ ਤਕੀਆ ਕਲਾਮ ਹੈ ਜੀ ਉਹ ਰੰਗੀਲਾ ਹੈ ਉਹਦਾ ਅੰਦਾਜ਼ ਹੈ ਕਿ ਉਹਨੇ ਬੋਰ ਕਰਨਾ ਹੈ ਔਰ ਲੰਮੀ ਗੱਲ ਕਰਕੇ ਜੋ ਸਾਰੇ ਸੌ ਜਾਣਗੇ ਉਹਦੋਂ ਉਹਨੇ ਗਲਮਕਾਨੀ ਅਦਰ ਉਦਰ ਵੇਖਣਾ ਹੈ ਤੇ ਇਹ चीज रिपीटेटिव है क्योंकि इंदा अंदाज़ ही ऐसा अदरवाइज मज़ाक जुगत टू द बेस्ट ऑफ माय मेमोरी रिपीट नहीं होएगी बिल्कुल सही और की चांदे नासिर चुनियोटी बेस्ट पॉसिबल टाइम जेड़ा देनदा क्वालिटी टाइम देनदा उदेच बेस्ट आउटपुट दे उस, के जान देन तो सी भी तो देखो ना कि कला नासिर चुनियोटी नहींएगा गबोल भी हुंदा है लाला भी हुंदा है और असि एक चंगे फले एक नफीस एक्टर नु असद कैफी असद कैफी नु कॉमेडियन बना सकते है ए भी तो देखो ना ਤੁਹਾਨੂੰ ਦੁਬਾਰਾ ਮੌਕਾ ਮਿਲੇ ਤਾਂ ਤੁਸੀਂ ਆਫਤਾਬ ਇਕਬਾਲ ਬੰਨਾ ਪਸੰਦ ਕਰੋਗੇ ਮੈਂ 100 ਵੈਰੀ ਬੰਨਾ ਚਾਹਾਂਗਾ ਲੇਕਿਨ ਉਹ ਜਿਹੜਾ 2001 ਤੋਂ ਬਾਅਦ ਵਾਲਾ ਉਹ ਬਤਦਰੀਜ ਬਿਹਤਰੀ ਹੋਏ ਔਰ ਅਜੇ ਅਸਲੀ ਆਫਤਾਬ ਇਕਬਾਲ ਮੇਰਾ ਖਿਆਲ ਹੈ ਉਹ ਡਿਵੈਲਪ ਹੋਏਗਾ ਬਣੇਗਾ ਇਨਸ਼ਾ ਅੱਲਾਹ ਤਾਲਾ ਮੇਰੇ ਅੰਦਰ ਜਿਹੜੀਆਂ ਖਾਮੀਆਂ ਹਨ ਮੈਂ ਉਹਨਾਂ ਤੋਂ ਵੀ ਜਾਵਨ ਤੋਂ ਪਹਿਲੇ ਪਹਿਲੇ कोशिश कर कि उनना तो निजात हासिल करा अल्लाह तो ऐसी आज दी एपिसोड हूँ वेला होया ब्लूपुरा दा आफ्टर वाचिंग ये तो अपने क्या भाटपुरा शुरू कर रखा है अपने शकील सब बटर सब दौर चाहे सब ये भाई सिकंदर बख्श के दे ओदो <laughs> <laughs> क्यों ने पुछया तू सिकंदर मिर्जा सिकंदर बख्श डॉक्टर साहिबा जी बड़ी जालिम औरत है ये हमारा जरा ख्याल नहीं रखती ये बा... कहना तो तुमने इतनी देखा पता है पागल शायद शायरी सुनाया कर तो कोई यही अशरफी अशरफी वाली लोटो